ਪੰਜਾਬ ਸੂਬੇ ਭਰ 'ਚ ਕਣਕ ਦਾ ਖਰੀਦ ਸੀਜ਼ਨ ਬੇਸ਼ੱਕ ਪਿਛਲੀ 1 ਅਪ੍ਰੈਲ ਨੂੰ ਸ਼ੁਰੂ ਹੋ ਚੁੱਕਿਆ ਹੈ, ਪਰ ਫਸਲ ਪੂਰੀ ਤਰ੍ਹਾਂ ਤਿਆਰ ਨਾ ਹੋਣ ਕਾਰਨ ਆਮਦ ਹੌਲੀ ਹੌਲੀ ਸ਼ੁਰੂ ਹੋ ਰਹੀ ਹੈ। ਇਸੇ ਤਰ੍ਹਾਂ ਅੱਜ ਏਸ਼ੀਆ ਦੀ ਦੂਜੇ ਨੰਬਰ 'ਚ ਸ਼ੁਮਾਰ ਨਾਭਾ ਅਨਾਜ ਮੰਡੀ ਵਿੱਚ SDM ਨਾਭਾ ਜਸ਼ਨਪ੍ਰੀਤ ਕੌਰ ਅਤੇ ਮੰਤਰੀ ਧਰਮਸੋਤ ਦੇ ਸਪੁੱਤਰ ਅਤੇ ਯੂਥ ਕਾਂਗਰਸੀ ਗੁਰਪ੍ਰੀਤ ਸਿੰਘ ਨੇ ਬੋਲੀ ਕਰਵਾ ਕੇ ਅਧਿਕਾਰਤ ਤੌਰ 'ਤੇ ਖਰੀਦ ਸ਼ੁਰੂ ਕਰਵਾਈ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉੱਥੇ ਹੀ ਉਹਨਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ SDM ਵੱਲੋਂ ਪੁਖਤਾ ਪ੍ਰਬੰਧ ਬਣਾਉਣ ਨੂੰ ਲੈ ਕੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਮੰਡੀ 'ਚ ਆਮਦਨ ਹੋ ਕੇ ਆਮਦ ਹੋ ਕੇ ਪਹਿਲੀ ਬੋਲੀ ਕੀਤੀ ਗਈ ਹੈ ਅਤੇ ਜਿਹੜੀ ਆਪਣੀ ਕਣਕ ਦੀ ਵਰਾਇਟੀ ਹੈਗੀ ਹੈ ਉਹ ਵੀ ਬਹੁਤ ਵਧੀਆ, ਪਿਛਲੀ ਵਾਰ ਨਾਲੋਂ ਵੀ ਬੈਟਰ ਹੈ। ਅਤੇ MLA ਸਾਹਿਬ ਦੇ ਬੇਟੇ ਉਹਨਾਂ ਨੂੰ ਰਿਪ੍ਰਜੈਂਟ, ਮੰਤਰੀ ਸਾਹਿਬ ਦੇ ਬੇਟੇ ਉਰੇ ਰਿਪ੍ਰਜੈਂਟ ਕਰ ਰਹੇ ਨੇ ਉਹਨਾਂ ਨੂੰ, ਅਤੇ ਪ੍ਰਧਾਨ ਜੀ ਨੇ, ਅਸੀਂ ਸਾਰਿਆਂ ਨੇ ਉਰੇ ਬੋਲੀ ਕਰਾਈ ਹੈ। ਮਾਰਕਫੈਡ ਨੇ ਕੀਤੀ ਹੈਗੀ ਹੈ ਇਹਦੀ ਜਿਹੜੀ ਖਰੀਦ ਹੈਗੀ ਹੈ, ਅਤੇ ਜਿਹੜੇ ਵੀ ਪ੍ਰਬੰਧ ਨੇ ਮੰਡੀਆਂ ਦੇ ਉਹ ਪੁਖਤਾ ਨੇ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਪੂਰੇ ਨਾਭੇ 'ਚ ਅਤੇ ਭਾਦਸੋ 'ਚ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਵੇ। ਬੋਲੀ ਕਰਵਾਈ ਜਾ ਰਹੀ ਹੈ ਨਾਭਾ ਵਿਖੇ, ਅਤੇ ਮੈਂ ਸਾਰੇ ਕਿਸਾਨ ਭਰਾਵਾਂ ਅਤੇ ਆੜ੍ਹਤੀ ਭਰਾਵਾਂ ਨੂੰ ਵਧਾਈ ਦਿੰਦਾ ਹਾਂ। ਅਤੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਪੂਰੇ ਚੰਗੇ ਪ੍ਰਬੰਧ ਕੀਤੇ ਜਾ ਰਹੇ ਨੇ, ਅਤੇ ਸਰਕਾਰ ਵੱਲੋਂ ਉਹਨਾਂ ਨੂੰ ਲਿਫਟਿੰਗ ਚੰਗੀ ਤਰ੍ਹਾਂ ਕੀਤੀ ਜਾਵੇ ਅਤੇ ਪੇਮੈਂਟ 'ਤੇ ਕੋਈ ਵੀ ਪ੍ਰੋਬਲਮ ਨਹੀਂ ਦਿੱਤੀ ਜਾਵੇਗੀ। ਸੋ ਅੱਜ ਮੈਂ ਫਿਰ ਕਿਸਾਨ ਭਰਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ। ਖੁਸ਼ੀ ਹੈ, ਅਸੀਂ ਮੰਤਰੀ ਸਾਹਿਬ ਦੇ ਬੇਟੇ ਸਾਡੇ ਨਾਲ ਨੇ, ਸਾਡੇ ਬਾਦ ਸਾਹਿਬ ਜੀ ਅਤੇ SDM ਸਾਹਿਬ, ਇਹਨਾਂ ਨੇ ਆ ਕੇ ਮੰਡੀ ਦੀ ਬੋਲੀ ਸ਼ੁਰੂ ਕਰਾਈ ਹੈ। ਕਣਕ ਦੀ ਵਰਾਇਟੀ ਬਹੁਤ ਖਰੀ ਹੈ, ਉਮੀਦ ਹੈ ਵੀ ਇੱਦਾਂ ਦੀ ਹੀ ਵਰਾਇਟੀ ਆਊਗੀ ਅਤੇ ਕਿਸੇ ਭਾਈ ਨੂੰ, ਕਿਸੇ ਜ਼ਿਮੀਂਦਾਰ ਨੂੰ ਰਾਤ ਨਹੀਂ ਕੱਟਣੀ ਪਊਗੀ। ਸਾਡੇ ਮੰਡੀ ਵੱਲੋਂ ਵੀ ਸਾਰੇ ਪ੍ਰਬੰਧ ਨੇ, ਸਰਕਾਰ ਦੇ ਵੀ ਪੂਰੇ ਪ੍ਰਬੰਧ ਨੇ, ਤਾਲਮੇਲ ਸਾਡਾ ਆਪਸ ਵਿੱਚ ਬਣਿਆ ਹੋਇਆ, ਕਿਸੇ ਭਰਾ ਨੂੰ ਕੋਈ ਦਿੱਕਤ ਨਹੀਂ ਆਊਗੀ ਸਾਡੇ ਹਿਸਾਬ ਨਾਲ। ਮਾਲ ਲਿਫਟਿੰਗ ਦਾ ਵੀ ਸਾਡਾ ਪੂਰਾ ਪ੍ਰਬੰਧ ਕੀਤਾ ਹੋਇਆ। ਕਣਕ ਦੀ ਪ੍ਰਜੀਆ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਨੇ ਬਹੁਤ ਜ਼ਿਆਦਾ ਪ੍ਰਬੰਧ ਕੀਤੇ ਹੋਏ ਨੇ, ਕਿਸੇ ਜ਼ਿਮੀਂਦਾਰ ਨੂੰ ਕੋਈ ਦਿੱਕਤ ਨਹੀਂ ਆਊਗੀ। ਅਤੇ ਜ਼ਿਮੀਂਦਾਰ ਜਦੋਂ ਵੀ ਟਰਾਲੀ ਲੈ ਕੇ ਆਊਗਾ ਉਹਨੂੰ ਸਫਾਈ ਕਰਕੇ ਨਾਲ ਬੋਰੀ 'ਚ ਭਰ ਕੇ ਜ਼ਿਮੀਂਦਾਰ ਨੂੰ ਸ਼ਾਮ ਨੂੰ ਘਰ 'ਚ ਭੇਜ ਦਿੱਤਾ ਜਾਵੇਗਾ। ਅਗਰ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਦਿੱਕਤ ਹੈ, ਸਾਡੇ ਪ੍ਰਧਾਨ ਜੀ ਵੱਲੋਂ ਬੰਦਲ ਦੇ ਵਿੱਚ ਦਫ਼ਤਰ ਬਣਾਇਆ ਹੋਇਆ, ਜੇ ਉਹਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਪ੍ਰਧਾਨ ਜੀ ਨੂੰ ਜਾ ਕੇ ਉੱਥੇ ਦੱਸਣ, ਨਾਲ ਉਹਦੀ ਪ੍ਰੋਬਲਮ ਸੋਲਵ ਹੋ ਜਾਊ।